ਤਲਵੰਤ ਸਿੰਘ ਪਿੰਡ ਖਿਆਲਾ ਕਲਾਂ ਤੋਂ। ਇਹ ਕੀ ਮਸਲਾ ਜਿਹੜਾ? ਇਹਨਾਂ ਦਾ ਗੱਲ ਮਿੱਟੀ ਪਟਾਉਣ ਦਾ ਜੀ, ਉਹਦੇ ਗੋਲੀ ਗਾਲੀ ਚਲਾਈ ਆ ਵਿਰੋਧੀਆਂ ਨੇ। ਹਾਂ, ਅਤੇ ਇਹਦੇ ਨਾ ਕਾਰਵਾਈ ਕੋਈ ਇਹਨਾਂ ਕੀਤੀ, ਅਤੇ ਬਸ ਸਾਡੇ ਘੜਾਓ ਕਰਾਂਗੇ। ਹਾਂਜੀ, ਪਿੰਡ ਦੇ ਆਉਂਦੇ ਆ ਇਹਨਾਂ ਪਿੰਡ ਦੇ ਆ, ਪੈਲੀ ਦਾ ਬਟਨ ਵੱਟ ਲੱਗਦੀ ਹੈ। ਹਾਂਜੀ, ਅਤੇ ਨਾ ਕੋਈ ਕਾਰਵਾਈ ਹੋਈ ਤਾਂ ਆਪਾਂ ਥਾਣਾ ਘੇਰਾਂਗੇ। ਮੇਰਾ ਨਾਂ ਰਪਿੰਦਰ ਕੌਰ, ਵੀ ਪੀ ਓ ਖਿਆਲਾ ਕਲਾਂ ਜੀ। ਇਹ ਮਸਲਾ ਇਹ ਜੀ, ਅਸੀਂ ਆਪਣੀ ਪੈਲੀ ਵਿੱਚੋਂ ਮਿੱਟੀ ਪਟਾ ਰਹੇ ਸੀ, ਜੇ ਸੀ ਬੀ ਨਾਲ ਮਿੱਟੀ ਪੁੱਟ ਰਿਹਾ ਸੀ, ਅਤੇ ਜੀ ਇਹ ਦੂਜੀ ਸਾਡੀ ਐਂਟੀ ਪਾਰਟੀ ਨੇ ਆਣ ਕੇ ਅਤੇ ਰੋਕ ਦਿੱਤੀ ਆ, ਅਤੇ ਉਹਦਾ ਉਹਨਾਂ ਨੇ ਸਾਡੀ ਸੁਣੀ ਨਹੀਂ, ਗਿਣੀ ਨਹੀਂ, ਸਾ ਆਉਂਦਿਆਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜੀ। ਜੋ ਉਹਨੇ ਵਾਰ ਵਾਰ ਕੱਢਿਆ ਆਪਣੀ ਜੇਬ 'ਚੋਂ ਅਤੇ ਫਾਇਰ ਕਰਨੇ ਸ਼ੁਰੂ ਕਰਤੇ, ਜੋ ਸਿੱਧੇ ਸਾਡੇ ਪੈਰ ਦੇ ਵਿੱਚ ਮਾਰੇ ਆ। ਇੱਕ ਫਾਇਰ ਚੱਲਿਆ ਜੀ, ਅਤੇ ਪੰਜ ਫਾਇਰ ਜਿਹੜੇ ਰੌਂਦ ਆ ਉਹਦੇ ਉੱਥੇ ਡਿੱਗ ਗਏ ਆ। ਜੋ ਅਸੀਂ ਉਹ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ, ਫੋਨ ਕੀਤਾ, ਪੁਲਿਸ ਮੌਕੇ 'ਤੇ ਹਾਜ਼ਰ ਹੋਈ। ਸਰ ਉਹ ਰਘਵੀਰ ਸਿੰਘ ਉਰਫ ਕਾਲਾ, ਅਨੂਪ ਸਿੰਘ ਉਹਦਾ ਫਾਦਰ ਸਾਹਿਬ ਆ। ਸਾਡੀ ਵੱਟ ਨਾਲ ਵੱਟ ਲੱਗਦੀ ਹੈ ਜੀ ਉਹਦੀ ਜ਼ਮੀਨ ਦੀ, ਅਤੇ ਉਹ ਅਸੀਂ ਰੌਂਦ ਪੁਲਿਸ ਨੂੰ ਬਰਾਮਦ ਕਰਾ ਦਿੱਤੇ ਆ ਜੀ, ਜੋ ਕਿ ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਜੀ ਹੋਈ। ਜਦਕਿ ਅਸੀਂ ਆਪਣੀ ਜਾਨ ਬਚਾਈ ਹੈ, ਜਦੋਂ ਗੋਲੀ ਚੱਲੀ ਅਸੀਂ ਇੱਕ ਫਾਇਰ ਹੋਇਆ, ਅਸੀਂ ਭੱਜ ਕੇ ਆਪਣੀ ਜਾਨ ਬਚਾ ਲਈ ਉੱਥੋਂ। ਉਸ ਤੋਂ ਬਾਅਦ ਉਹਦੇ ਜਿਹੜੇ ਪਿਸਟਲ ਦੀ ਮਤਲਬ ਗਲੀ ਨੋਕ ਹੁੰਦੀ ਹੈ ਜੀ, ਉਹਦੀ ਗਰਾਰੀ ਅੜ ਕੇ ਟੁੱਟ ਗਈ ਜੀ, ਉਸੇ ਕਰਕੇ ਸਾਡਾ ਬਚਾਅ ਹੋ ਗਿਆ, ਨਹੀਂ ਤਾਂ ਅਸੀਂ ਸਾਨੂੰ ਸਾਡੀ ਜਾਨ ਦਾ ਖਤਰਾ ਸੀ ਜੀ। ਜੀ ਥਾਣਾ ਲੋਪੋ ਕੀ ਪੈਂਦਾ ਜੀ? ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ। ਉਹਦੇ ਛੋਟੇ ਛੋਟੇ ਬੱਚੇ ਆ ਸਾਡੇ, ਮੇਰੇ ਬ੍ਰਦਰ ਜਿਹੜੇ ਆ ਉਹ ਬਿਲਕੁਲ ਹੀ ਇੱਕ ਗਰੀਬ ਪਰਿਵਾਰ ਅਤੇ ਮਿਹਨਤੀ ਮਜ਼ਦੂਰੀ ਵਾਲਾ ਪਰਿਵਾਰ ਆ, ਮਿਹਨਤ ਕਰਦੇ ਹਾਂ ਅਸੀਂ ਜੀ। ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੀ ਸਾਡਾ। ਜੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ, ਅਸੀਂ ਆਉਣ ਵਾਲੇ ਸਮੇਂ ਵਿੱਚ ਥਾਣੇ ਦਾ ਘਿਰਾਓ ਕਰਾਂਗੇ ਜੀ। ਜੀ ਸਾਨੂੰ ਇਹਨਾਂ ਤੋਂ ਖਤਰਾ ਜੀ, ਇਹ ਸਾਨੂੰ ਧਮਕੀਆਂ ਦੇ ਰਿਹਾ, ਮੇਰੇ ਗੇਟ ਦੇ ਅੱਗੋਂ 2 ਵਾਰੀ ਗੱਡੀ ਲੈ ਕੇ ਲੰਘਿਆ ਵਾ ਜੀ, ਅਤੇ ਅਸੀਂ ਇਨਸਾਫ ਦੀ ਮੰਗ ਕਰਦੇ, ਸਾਨੂੰ ਬਹੁਤ ਜ਼ਿਆਦਾ ਧਮਕੀਆਂ ਦੇ ਰਿਹਾ, ਹਰਾਸ ਕਰ ਰਿਹਾ ਸਾਨੂੰ, ਕਿ ਜੇ ਤੁਸੀਂ ਸਾਡੇ ਨਾਲ ਕੋਈ ਰਾਜ਼ੀਨਾਮਾ ਨਹੀਂ ਕਰਦੇ ਤਾਂ ਮੈਂ ਤੁਹਾਡਾ ਕੋਈ ਨੁਕਸਾਨ ਕਰਾਂਗਾ ਜੀ, ਅਤੇ ਜੇ ਕਾਂ ਵੀ ਕੋਈ ਵਾਅਦਾ ਕਰਦਾ ਹੈ ਤਾਂ ਸਾਡੇ ਜਾਨ ਮਾਲ ਦੀ ਰਾਖੀ ਦਾ ਜ਼ਿੰਮੇਵਾਰ ਇਹ ਹੋਏਗਾ। ਖਿਆਲਾ ਨਹੀਂ, ਅਸੀਂ ਗੋਲੀ ਨਹੀਂ ਚਲਾਈ, ਅਸੀਂ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਤਾਂ ਆਖਾਂ ਵੀ ਜੋ ਧਿਰ ਬਣਦੀ 5 ਫੁੱਟ ਛੱਡ ਕੇ ਤਾਂ ਆਪਣਾ ਬੰਨਾ ਪੁੱਟੋ, ਅਤੇ ਅਸੀਂ ਕੋਈ ਗੋਲੀ ਗਾਲ ਨਹੀਂ ਚਲਾਈ। ਅਸੀਂ ਪਿਓ ਪੁੱਤ ਲੱਗ ਗਏ ਸ਼ਟਾਲਾ ਬੀਜਣ ਡਿਆ, ਅਤੇ ਉਹ ਜਨਾਨੀ ਆਣ ਕੇ ਰੌਲਾ ਰੱਪਾ ਪਾਇਆ, ਅਤੇ ਮੈਂ ਤਾਂ ਆਪਣੇ ਬੇਟੇ ਨੂੰ ਲਾਇਆ ਘਰ, ਗੋਲੀ ਨਹੀਂ ਕੋਈ ਚਲਾਈ। ਉਹ ਕਿੱਦਾਂ ਹੁਣ ਉਹਨਾਂ ਨੇ ਕਿੱਥੋਂ ਲੈ ਜਾਂਦੇ ਕਿੱਥੋਂ ਨਹੀਂ ਲੈ ਜਾਂਦੇ ਉਹ ਸਾਨੂੰ ਨਹੀਂ ਨਹੀਂ ਅਸੀਂ ਜਦੋਂ ਜਾ ਗਏ ਸੀ ਉਸ ਜੈਸੀਪੀ ਵਾਲੇ ਨੂੰ ਬੋਲਿਆ ਜਾ ਕੇ ਵੀ ਤੁਸੀਂ ਖਲੋ ਵੀ ਨਾ ਪੁੱਟੋ, 5 ਫੁੱਟ ਛੱਡ ਕੇ ਪੁੱਟੋ ਬੰਨਾ ਪੁੱਟਣਾ, ਅਤੇ ਅਸੀਂ ਹੋਰ ਕੋਈ ਸਾਥੋਂ ਕੋਈ ਹਥਿਆਰ ਨਹੀਂ, ਕੋਈ ਸੋਤਾ ਨਹੀਂ, ਕੋਈ ਡਾਂਗ ਨਹੀਂ, ਅਤੇ ਉਹ ਅਸੀਂ ਆਪਣੇ ਬੇਟੇ ਨੂੰ ਮੁੜ ਕੇ ਜਦੋਂ ਇਹ ਰੌਲਾ ਪਾਉਣ ਡੇ ਜਨਾਨੀਆਂ, ਫਿਰ ਬੇਟੇ ਨੂੰ ਮੈਂ ਘਰ ਨੂੰ ਲੈਣ ਦਾ, ਕੋਈ ਗੋਲੀ ਗਾਲੀ ਨਹੀਂ ਚੱਲੀ ਕੋਈ, ਪਿਸਤੌਲ ਉਹ ਜਿੱਥੋਂ ਮਰਜ਼ੀ ਫੜੀ ਫਿਰਨ, ਉਹ ਪਿਸਤੌਲ ਜਦੋਂ ਪਿਸਤੌਲ ਵੀ ਕਦੀ ਟੁੱਟੇ ਆ, ਉਹ ਕੋਈ ਡਾਂਗ ਸੋਟਾ ਥੋੜ੍ਹਾ ਜਿਹੜਾ ਮਾਰਿਆ ਟੁੱਟ ਗਿਆ, ਪਿਸਤੌਲ ਟੁੱਟ ਥੋੜ੍ਹਾ ਸਕਦੇ ਤੁਸੀਂ ਸਿਆਣੇ। ਨਹੀਂ ਨਹੀਂ ਸਾਡੇ ਨਹੀਂ ਰੌਂਦ ਜੀ, ਉਹ ਰੌਂਦ ਕੀ ਦਾ, ਕਿੱਥੋਂ ਲੈ ਜਾਂਦੇ ਕਿੱਥੋਂ ਨਹੀਂ ਲੈ ਜਾਂਦੇ ਉਹਨਾਂ, ਕੋਈ ਨਹੀਂ ਸਾਡੇ ਨਹੀਂ ਰੌਂਦ, ਨਹੀਂ ਨਾ ਕੋਈ ਗੋਲੀ ਨਹੀਂ ਚਲਾਈ, ਅਸੀਂ ਕੋਈ ਗੋਲੀ ਲੜਨ ਗਏ ਨਹੀਂ। ਉਹਦੇ ਅੱਗੇ ਇੱਕ ਨਾ 3-4 ਫੁੱਟ ਪਟਾਈ ਹੈ, 3-4 ਫੁੱਟ ਫਿਰ ਪਟਾਉਣ ਡਏ ਨੇ, ਅਤੇ ਤੁਸੀਂ ਸੋਚੋ ਵੀ ਜਦੋਂ 8-7 ਫੁੱਟ ਪੁੱਟੀ ਜਾਊ ਤਾਂ ਸਾਡੀ ਪੈਲੀ ਕਿਤਰਾਂ ਰੁੜੂਗੀ, ਕਿੰਨੀਆਂ ਢੰਗਾਂ ਡਿੱਗਣਗੀਆਂ। ਅਸੀਂ ਉਂਝ ਦਰਖਾਸਤ ਪੜਾਈ ਕੀਤੀ ਸੀ, ਉਹਦਾ ਸਟੇਅ ਵਾਲੀ ਮਿਲਿਆ ਨਹੀਂ ਸਾਨੂੰ, ਮਿਲਣਾ ਸੋਮਵਾਰ ਮਿਲਣਾ ਸੀ। ਪੁਲਿਸ ਕੱਲ੍ਹ ਮੌਕੇ 'ਤੇ ਮਗਰੋਂ ਆਈ ਹੈ ਸਾਡੇ, ਜਦੋਂ ਅਸੀਂ ਆ ਗਏ ਕਰਨ। ਹਾਂ, ਉਸ ਸੰਬੰਧ ਦੇ ਵਿੱਚ ਥਾਣੇ ਲੋਕੋਕੇ 'ਚ ਉਹਦੇ ਬਿਆਨਾਂ 'ਤੇ ਮੁਕੱਦਮਾ ਦਰਜ ਹੋ ਗਿਆ,
ਉਹਦੀ ਤਫਤੀਸ਼ ਚੱਲ ਰਹੀ ਆ, ਜੋ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ।